اساتیدہ کو سے درود بھیج دیں محمد و آل محمد. پروگرام کی ترتیب کچھ اس طرح سے ہے کہ ابھی ذاکر غلام اصغر بلوچ صاحب خطاب فرمائیں گے اور ان کے بعد خضر عباس ڈی جی خان اور ان کے فوراً بعد قبلہ ابتسام حیدر رضوی صاحب خطاب فرمائیں گے. حاضرین کی صحت و سلامتی کے لیے بواز بلند تر صلوات بھیج دیں. دعائے ظہور امام زمانہ علیہ السلام. اعوذ باللہ من الشیطان الرجیم. بسم اللہ الرحمن الرحیم. اللہم کن لولی کر حقیقت پہنچتا ہے بندہ مالک صبر و رضا کے پاس رہتا ہے. زمین پہ رہ کے بھی عرش اولا پہ رہتا. کیا کہنے بھائی کیا کہنے نا ہتھن سلام ہے. زمین پہ رہ کے بھی عرش اولا پہ رہتا. عرض کریا زبار کربلا جتنے گزارے کربلا میں دن حقیقت میں وہ اتنے دن خدا کے پاس رہتا.
ਦਾ ਸਿੱਧਾ ਮੈਂ ਜਨਾਬ ਨੂੰ ਅਜ਼ਮਤ ਤੇ ਨਮਾਜ਼ ਤੇ ਸੁਣਾਉਣ ਲੱਗਾ ਆਓ ਜੀ ਬਿਸਮਿਲ੍ਲਾ ਬਿਸਮਿਲ੍ਲਾ ਸਫਦਰ ਸ਼ਾਹ ਜੀ ਬੜੇ ਦੂਰ ਦੂਰ ਤੋਂ ਅਜ਼ਾਦਾਰ ਤਸ਼ਰੀਫ ਫਰਮਾ ਹੋ ਇਹ ਗੁਜ਼ਾਰਿਸ਼ ਕਰਨ ਲੱਗਾ ਕਿ ਕੋਈ ਵੀ ਅਜ਼ਾਦਾਰ ਨਮਾਜ਼ ਔਰ ਅਜ਼ਾਦਾਰੀ ਨੂੰ ਇੱਕ ਪਲੜੇ ਦੇ ਵਿੱਚ ਕਦੀ ਨਾ ਤੋੜੇ ਅਜ਼ਾਦਾਰੀ ਦਾ ਆਪਣਾ ਮਕਾਮ ਨਮਾਜ਼ ਦਾ ਆਪਣਾ ਮਕਾਮ ਮੈਂ ਅਜ਼ਾਦਾਰ ਵੀ ਉਹੀ ਸੋਹਣਾ ਲੱਗਦਾ ਜਿਹੜਾ ਹਲਕੇ 'ਚੋਂ ਨਿਕਲੇ ਅਤੇ ਮਸਜਿਦ 'ਚ ਜਾਵੇ ਅਤੇ ਨਮਾਜ਼ੀ ਉਹੀ ਸੋਹਣਾ ਲੱਗਦਾ ਜਿਹੜਾ ਮਸਜਿਦ 'ਚ ਉੱਠੀ ਕੇ ਫਿਰ ਹਲਕੇ 'ਚ ਆਵੇ ਜ਼ਿੰਦਗੀ ਹੋਵੇ ਜੀ ਕਿਉਂਕਿ ਅਜ਼ਾਦਾਰੀ ਇਮਾਮ ਹੁਸੈਨ ਬਾਦਸ਼ਾਹ ਦੀ ਬਕਾ ਹੈ ਉਹਨਾਂ ਦੇ ਨਾਮ ਦੀ ਬਕਾ ਹੈ ਅਤੇ ਨਮਾਜ਼ ਮਕਸਦ ਹੁਸੈਨ ਹੈ ਇਮਾਮ ਹੁਸੈਨ ਬਾਦਸ਼ਾਹ ਨੇ ਅਜ਼ੀਮ ਕੁਰਬਾਨੀ ਪੇਸ਼ ਕੀਤੀ ਫਿਰ ਸਜਦੇ ਵਿੱਚ ਸਰ ਕੁਰਬਾਨ ਕੀਤਾ ਸਜਦੇ ਵਿੱਚ ਸਰ ਰੱਖਿਆ ਔਰ ਮੈਂ ਇਹ ਕਿਉਂ ਨਾ ਆਖਾਂ ਇਮਾਮ ਨੇ ਆਪਣੀ ਮਰਜ਼ੀ ਨਾਲ ਸਰ ਰੱਖਿਆ ਇਮਾਮ ਦਾ ਸਰ ਅੱਜ ਵੀ ਸਜਦੇ 'ਚ ਇਮਾਮ ਨੇ ਆਪਣੀ ਮਰਜ਼ੀ ਨਾਲ ਤਾਂ ਚਾਹਿਆ ਹੀ ਨਹੀਂ ਇਮਾਮ ਨੇ ਆਪਣੀ ਮਰਜ਼ੀ ਨਾਲ ਰੱਖਿਆ ਅਤੇ ਫਿਰ ਚਾਹਿਆ ਤਾਂ ਸ਼ਿਮਰ ਹੈ ਨਾ ਇਮਾਮ ਦਾ ਸਰ ਤਾਂ ਅੱਜ ਵੀ ਸਜਦੇ ਮੌਲਾ ਮੀਰੇ ਕਾਇਨਾਤ ਨੂੰ ਸਜਦੇ ਹੀ ਜ਼ਰਬ ਲੱਗੀ ਤੋ ਕਰਬਲਾ ਤੋਂ ਲੈ ਕੇ ਸ਼ਾਮ ਤੱਕ ਫਿਰ ਸੈਯਦ ਸਾਜਦੀਨ ਨੇ ਅਜ਼ਮਤ ਨਮਾਜ਼ ਦਸਾਈਏ ਜਦੋਂ ਵੀ ਕੋਈ ਨਮਾਜ਼ੀ ਨਮਾਜ਼ ਪੜ੍ਹਨ ਵਾਸਤੇ ਤਿਆਰੀ ਕਰਦਾ ਸਭ ਤੋਂ ਪਹਿਲੇ ਜਗ੍ਹਾ ਫਿਰ ਮੁਸੱਲਾ ਫਿਰ ਸਜਦੇਗਾ ਇੰਨੀ ਗੱਲ ਹੈ ਨਾ ਜੀ ਬਸ ਇਹ ਤਿੰਨ ਗੱਲਾਂ ਜ਼ਿਹਨ 'ਚ ਰੱਖੋ ਇਤਨਾ ਤਿਆਰ ਸੁਬਹ ਸੁਬਹ ਦਾ ਟਾਈਮ ਹੈ ਆਗਾਜ਼ ਮਜਲਿਸ ਹੈ ਤਿਆਰ ਮਜਮੂ ਮੇਰੇ ਸਾਹਮਣੇ ਹੈ ਕੋਈ ਤਮਹੀਰ ਕੋਈ ਦਬਾਚੇ ਦੀ ਜ਼ਰੂਰਤ ਹੀ ਨਹੀਂ ਬਸ ਇਹ ਦੋ ਬਾਤਾਂ ਜ਼ਿਹਨ 'ਚ ਹੋਵੇ ਤਾਂ ਮੈਂ ਕਸੀਦਤ ਲਾਵਤ ਕਰਾਂਗਾ ਨਮਾਜ਼ੀ ਕੈਸਾ ਮੁਸੱਲਾ ਕੈਸਾ ਸਜਦੇਗਾਹ ਕੈਸੀ ਇਜਾਜ਼ਤ ਹੈ ਜੀ ਪੜ੍ਹੀਏ ਕਸੀਦਾ ਇਸੇ ਸਮਝੀ ਕਿ ਮੁਵੱਲਾ ਨਮਾਜ਼ ਪੜ੍ਹਦਾ ਹੈ ਤਵੱਜੋ ਭਾਈ ਥੋੜ੍ਹਾ ਜਿਹਾ ਮਿਜ਼ਾਜ ਮਿਲਾਵਣਾ ਇਸੇ ਸਮਝੀ ਕਿ ਮੁਵੱਲਾ ਨਮਾਜ਼ ਪੜ੍ਹਦਾ ਹੈ ਇਸੇ ਸਮਝੀ ਕਿ ਮੁਵੱਲਾ ਨਮਾਜ਼ ਪੜ੍ਹਦਾ ਹੈ ਇਸੇ ਸਮਝੀ ਕੇ ਮੁਵੱਲਾ ਨਮਾਜ਼ ਪੜ੍ਹਦਾ ਹੈ ਹੈ ਕਰਬਲਾ ਜਹਾਂ ਕਾਬਾ ਨਮਾਜ਼ ਪੜ੍ਹਦਾ ਹੈ ਜ਼ਿੰਦਾਬਾਦ ਜ਼ਿੰਦਾਬਾਦ ਥੋੜ੍ਹਾ ਜਿਹਾ ਸਪੋਰਟ ਕਰਨਾ ਮਾਸ਼ਾਅੱਲਾ ਬੜਾ ਕਮਾਲ ਚੱਲ ਰਿਹਾ ਥੋੜ੍ਹਾ ਜਿਹਾ ਹੋਰ ਸਾਥ ਦੇਵਣਾ ਜੀ ਹੈ ਕਰਬਲਾ ਬਿਸਮਿਲ੍ਲਾ ਜੀ ਹੈ ਕਰਬਲਾ ਜਹਾਂ ਕਾਬਾ ਨਮਾਜ਼ ਪੜ੍ਹਦਾ ਹੈ ਕਰਬਲਾ ਜਹਾਂ ਕਾਬਾ ਨਮਾਜ਼ ਪੜ੍ਹਦਾ ਹੈ ਫਕਤ ਕਾਬਾ ਪੜ੍ਹਦਾ ਹੈ ਨਹੀਂ ਨਹੀਂ ਆਓ ਮੈਂ ਦੱਸਾਂ ਹੈ ਕਰਬਲਾ ਏ ਮੁਵੱਲਾ ਤੋ ਵੋ ਮੁਸੱਲਾ ਹੈ ਤਵੱਜੋ ਨਹੀਂ ਫਰਮਾਈ ਤਵੱਜੋ ਨਹੀਂ ਫਰਮਾਈ ਏ ਕਰਬਲਾ ਏ ਮੁਵੱਲਾ ਨਮਾਜ਼ ਪੜ੍ਹਦਾ ਹੈ ਚੰਦ ਬੰਦਿਆਂ ਸਿਰ ਹਲਾਇਆ ਹੁਣ ਸਿਰ ਨਾ ਹਲਸੀ ਇਨਸ਼ਾਅੱਲਾ ਜ਼ੁਬਾਨ ਹਰਕਤ ਚ ਆਸੀ 1400 ਸਾਲ ਤੋਂ ਲੈ ਕੇ ਅੱਜ ਤੱਕ ਬਾਬਾ ਜੀ ਹਰ ਦੌਰ ਦੇ ਵਿੱਚ ਹੁਸੈਨੀਅਤ ਦੇ ਨਾਲ ਯਜ਼ੀਦੀਅਤ ਨੂੰ ਖੜਾ ਕੀਤਾ ਗਿਆ ਹੈ ਮੁਕਾਬਲੇ 'ਚ ਹਮੇਸ਼ਾ ਯਜ਼ੀਦ ਨੂੰ ਮੈਂ ਆਦਾਂ ਤੈਨੂੰ ਯਜ਼ੀਦ ਦੇ ਇਲਾਵਾ ਹੋਰ ਕੋਈ ਨਜ਼ਰ ਵੀ ਨਹੀਂ ਆਇਆ ਤਾਂ ਯਜ਼ੀਦੀਅਤ ਨੂੰ ਹੀ ਖੜਾ ਕੀਤਾ ਜਾਂ ਯਜ਼ੀਦ ਨੂੰ ਇਮਾਮ ਹੁਸੈਨ ਬਾਦਸ਼ਾਹ ਦੇ ਮੁਕਾਬਲੇ 'ਚ ਖੜਾ ਕੀਤਾ ਹੈ ਅਗਰ ਤਾਂ ਖੜੇ ਕੀਤਾ ਹੈ ਫਿਰ ਇੱਕ ਗੱਲ ਦਾ ਜਵਾਬ ਦੇ ਹੁਸੈਨ ਜੈ ਨਮਾਜ਼ੀ ਕਹਾਂ ਸਲਾਓਗੇ ਬੋਲੀ 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 ਜਿਹੜਾ ਘਰ ਭਾਈ ਮਿਹਰਬਾਨੀ ਬਿਸਮਿਲ੍ਲਾ ਕਰਾ ਜ਼ਿੰਦਗੀ ਹੋਵੇ ਬਿਸਮਿਲ੍ਲਾ ਕਰਾ
ਬਿਸਮਿਲਲਾ ਮੈਂ ਆਦਾ ਹਰ ਦੌਰ ਦੇ ਵਿੱਚ ਚਾਹੇ ਯਜ਼ੀਦ ਨੂੰ ਖੜਾ ਕੀਤਾ ਹੈ ਗੱਲ ਦਾ ਜਵਾਬ ਦੇ ਹੁਸੈਨ ਜੈਸਾ ਨਮਾਜ਼ੀ ਕਹਾਂ ਜਲਾਓਗੇ ਹੁਸੈਨ ਤੋ ਸਰਨੇਜ਼ਾ ਨਮਾਜ਼ ਪੜ੍ਹਦਾ ਹੈ ਜ਼ਿੰਦਗੀਆਂ ਚਲੋ ਇੱਕ ਸ਼ੇਰ ਮੈਂ ਹੋਰ ਪੜ੍ਹ ਜਾਵਾਂ ਅੱਲਾ ਨੇ ਕਰਬਲਾ ਦੇ ਸਾਰਾ ਚੋਂ ਕਰਬਲਾ ਦੇ ਮੈਦਾਨ ਚੋਂ ਹਰ ਨਬੀ ਨੂੰ ਗੁਜ਼ਾਰਿਆ ਹਰ ਨਬੀ ਦਾ ਗੁਜ਼ਰ ਹੋਇਆ ਫਿਰ ਜ਼ਖਮ ਵੀ ਹੋਇਆ ਖੂਨ ਵੀ ਸ਼ਾਮਿਲ ਹੋਇਆ ਲੇਕਿਨ ਸਾਰੇ ਨਬੀ ਪਨਾਹ ਮੰਗਦੇ ਤੁਰ ਗਏ ਕਿਸੇ ਕਿਆਮ ਨਹੀਂ ਕੀਤਾ ਔਰ ਹੁਸੈਨ ਬਾਦਸ਼ਾਹ ਨੇ ਕਰਬਲਾ ਨੂੰ ਵਸਾਇਆ ਇਹਨੇ ਤਾਂ ਵਸਾਇਆ ਅਰਸ਼ ਵੀ ਆਏ ਫਰਸ਼ ਵੀ ਆਏ ਆਊਟ ਸਮਾਂ ਸਾਰੇ ਨਬੀ ਜੁਗਾਏ ਵਸਾ ਕਿਉਂ ਨਹੀਂ ਸਕੇ ਲੋ ਅਗਰ ਸ਼ਾਮ ਤੱਕ ਦਾਤ ਦੇਵੋ ਇਸ ਸ਼ੇਰ ਦਾ ਹੱਕ ਅਦਾ ਨਹੀਂ ਹੋ ਸਕਦਾ ਜਿਤਨੀ ਦਾਤ ਦੇਸੋ ਮੈਂ ਤੈ ਦਿਲ ਦੇ ਨਾਲ ਕਬੂਲ ਕਰੇ ਸਾਂ ਮਾਸ਼ਾਅੱਲਾ ਹਰ ਅਦਾਦਾਰ ਦੀ ਤਵੱਜੋ ਮੇਰੇ ਵਾਲੇ ਪਾਸੇ ਹਰ ਨਬੀ ਜੋ ਆਇਆ ਇਹ ਵਸਾ ਕਿਉਂ ਨਹੀਂ ਸਕਿਆ ਕਰਬਲਾ ਨੂੰ ਆਬਾਦ ਕਿਉਂ ਨਹੀਂ ਕਰ ਸਕਿਆ ਕੁਲੰਬੀਆ ਜਹਾਂ ਮਿਲ ਕੇ ਵਜ਼ੂ ਵੀ ਕਰ ਨਾ ਸਕੇ ਹੱਥ ਹੈਦਰੀ ਜ਼ਿੰਦਗੀ ਹੋਵੇ ਜੀ ਇਮਾਮ ਹੁਸੈਨ ਬਾਦਸ਼ਾਹ ਇਸ ਤੇ ਪਾਕ ਸੈਯਦਾ ਤੁਹਾਡੇ ਟੁਰਿਆ ਕਬੂਲ ਫਰਮਾਵੇ ਕਿਉਂਕਿ ਏਜਾਜ਼ ਸ਼ਾਹ ਜੀ ਹੋਰਾਂ ਦੇ ਨਾਲ ਬਈ ਵਕਾਰ ਦੇ ਨਾਲ ਵੀ ਇਹੀ ਵਾਅਦਾ ਹੈ ਜੋ ਆਖਿਰ 'ਤੇ ਪੜਸਾਂ ਤਾਂ ਫਿਰ ਇਤਵਾਰ ਰਲ ਗਿਆ ਫਿਰ ਚੰਦ ਦਾ ਵੀ ਫਰਕ ਹੋ ਗਿਆ ਇੱਕ ਦਿਨ ਦਾ ਜਿਹਦੀ ਵਜ੍ਹਾ ਤੋਂ ਫਿਰ ਅਸੀਂ ਵੀ ਪਰੇਸ਼ਾਨ ਹੈ ਅਤੇ ਬਾਨੀਆਨ ਸਾਥੋਂ ਢੇਰ ਪਰੇਸ਼ਾਨ ਨੇ ਜੀ 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 ਬਿਸਮਿਲਲਾ ਜੀ ਅੱਜ ਹੁਣ ਅੱਲਾ ਹੁਣ ਬਾਰਿਸ਼ਾਂ ਹੀ ਰੋਕ ਦੇਵੇ ਤਾਂ ਠੀਕ ਹੈ ਇਤਨੀਆਂ ਬੜੀਆਂ ਨੇ ਕਸੀਦਾ ਮੋਸਨੇ ਕਾਇਨਾਤ ਮੋਸਨੇ ਇਨਸਾਨੀਅਤ ਬਾਦਸ਼ਾਹ ਹੁਸੈਨ ਦੀ ਅਜ਼ਮਤ ਦਾ ਜਨਾਬ ਨੂੰ ਸੁਣਾਉਣ ਲੱਗਾ ਪਾਕ ਸਰਵਰੇ ਕਾਇਨਾਤ ਦਾ ਫਰਮਾਨ ਹੈ ਕਿ ਮੇਰੇ ਹਸਨ ਔਰ ਹੁਸੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਹੈ ਠੀਕ ਹੈ ਨਾ ਜੀ ਪਾਕ ਸਰਵਰੇ ਕਾਇਨਾਤ ਦਾ ਫਰਮਾਨ ਹੈ ਨਾ ਕਿ ਜੰਨਤ ਜਾਗੀਰ ਹੈ ਮੇਰੇ ਹਸਨ ਅਤੇ ਹੁਸੈਨ ਦੀ ਹਜ਼ੂਰ ਨੇ ਫਰਮਾਇਆ ਕਿ ਟਿਕਟ ਦੇਵਣੇ ਅਲੀ ਨੇ ਜਦ ਤੱਕ ਅਲੀ ਬਾਦਸ਼ਾਹ ਦਾ ਲਿਖਿਆ ਹੋਇਆ ਨਾ ਹੁਸੀ ਕਹਿਣ ਦਾ ਪਿਓ ਹੀ ਜੰਨਤ 'ਚ ਨਹੀਂ ਜਾ ਸਕਦਾ ਬੋਲੋ ਭਾਈ ਬਿਸਮਿਲਲਾ ਤੋ ਅੱਖਾਂ ਬੰਦ ਹੋਣ ਤੋਂ ਪਹਿਲੇ ਮੈਂ ਆਦਾਂ ਕੁਝ ਹੋਸ਼ 'ਤੇ ਨਾਖਣ ਲੈ ਲੈ ਹੁਣ ਵੀ ਭੱਲੇ ਹੁਣ ਵੀ ਸੋਚ ਲੈ ਅਗਰ ਮੰਨ ਲੈ ਸੇ ਤੇਰੇ ਭੱਲੇ ਦੀ ਬਾਤ 'ਤੇ ਨਾ ਮੰਨ ਸੇ ਤਾਂ ਸਾਡਾ ਨੁਕਸਾਨ ਤਾਂ ਕਰਨਾ ਨਹੀਂ ਫਿਰ ਤਾਂ ਸਿੱਧਾ ਤੂੰ ਵਾਲੇ ਪਾਸੇ ਹੀ ਜਾਣਾ ਦੁਸ਼ਮਣ ਇਮਾਮੇ ਹੁਸੈਨ ਨੂੰ ਇੱਕ ਮਸ਼ਵਰਾ ਦੇਵਣ ਲੱਗਾ ਇੱਕ ਮਿਲ ਕੇ ਬਾਬਾ ਦੇ ਬੁਲੰਦ ਸਲਵਾਤ ਦੀ ਤਿਲਾਵਤ ਫਰਮਾਓ ਆਓ ਬਿਸਮਿਲਲਾ ਬਿਸਮਿਲਲਾ ਸਰਦਾਰ ਸਾਹਿਬ ਮਾਲਕਾਂ ਦੇ ਬੜੇ ਬੜੇ ਹੀ ਮਨਜ਼ੂਰੇ ਨਜ਼ਰ ਜ਼ਾਕਿਰ ਸਰਦਾਰ ਇਜਾਜ਼ ਖਾਨ ਸਾਹਿਬ ਤਸ਼ਰੀਫ ਫਰਮਾਏ ਮਾਲਕ ਸਲਾਮਤ ਰੱਖੇ ਜੀ ਕਸੀਦਾ ਪੜ੍ਹੀਏ ਜੀ ਪ੍ਰੋਗਰਾਮ ਹੈ ਕਸੀਦਾ ਪੜ੍ਹੀਏ ਦੁਸ਼ਮਣ ਹੁਸੈਨ ਨੂੰ ਇੱਕ ਮਸ਼ਵਰਾ ਦੇਵਣ ਲੱਗਾ ਗੱਲ ਮੰਨ ਲੈਣ ਵਿੱਚ ਤੇਰਾ ਭੱਲਾ ਹੈ 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 ਦਬਾ ਥੋੜਾ ਵਧਾਈ ਲੈਣ ਵਿੱਚ ਤੇਰਾ ਭੱਲਾ ਹੈ ਗੱਲ ਮੰਨ ਲੈਣ ਵਿੱਚ ਤੇਰਾ ਭੱਲਾ ਹੈ ਜਿੰਦਰ ਬਲ ਯਾਦ ਬੁਲੰਦ ਹੋਵੇ ਬਾਬਾ ਸੈਯਦ ਸ਼ਬਕਤ ਮੋਹਸਿਨ ਕਾਦਰੀ ਸਾਹਿਬ ਕਸੀਦਾ ਉਹਨਾਂ ਦਾ ਮੈਂ ਕਾਫੀ ਅਰਸਾ ਪਹਿਲੇ ਪੜ੍ਹਿਆ ਫਿਰ ਮੇਰਾ ਦਿਲ ਬਣ ਗਿਆ ਜਨਾਬ ਨੂੰ ਸੁਣਾਵਾ ਸੁਣਨਾ ਜੀ ਜੇ ਕੋਈ ਨਾ ਵੀ ਮੰਨੇ ਸਾਨੂੰ ਖੈਰ ਛੱਲਾ ਹੈ ਜਗਦੇ ਹੁਸੈਨ ਕੱਲਾ ਜ਼ਿੰਦਗੀਆਂ ਬਿਸਮਿਲਲਾ ਕਰਾਂਗੇ
ਬੜੀ ਜ਼ਿੰਦਗੀ ਦੇ ਰਾਤ ਹੋਵੇ ਜੀ ਲਓ ਹੁਣ ਫਰਦਿਸਾਨੀ ਤੇ ਗੌਰ ਕਰਨਾ ਹੈ ਗੱਲ ਮੰਨ ਲੈਣ ਵਿੱਚ ਤੇਰਾ ਭੱਲਾ 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 ਹੈ ਜੇ ਕੋਈ ਨਾਮੀ ਮੰਨ ਸਾਨੂੰ ਖੈਰ ਚੱਲਾ ਹੈ ਜੱਗ ਤੇ ਹੁਸੈਨ ਕੱਲਾ ਹੈ ਉਹ ਜੱਗ ਤੇ ਹੁਸੈਨ ਕੱਲਾ ਹੈ ਮਤ ਸਮਝੇ ਕੋਈ ਗੱਲ ਵਿੱਚ ਰੱਲਾ ਹੈ ਸਾਰੀ ਕਾਇਨਾਤ ਵਿੱਚ ਅੱਲਾ ਹੈ ਜੱਗ ਤੇ ਹੁਸੈਨ ਕੱਲਾ ਹੈ ਜ਼ਿੰਦਗੀ ਹੋਵੇ ਬਿਸਮਿਲਲਾ ਕਰਾਂ ਜੀ ਆਬਾਦ ਸਲਾਮਤ ਰਹੋ ਬਾਦਸ਼ਾਹ ਹੁਸੈਨ ਤੁਹਾਨੂੰ ਸਲਾਮਤ ਰੱਖੇ ਨਾਨੇ ਤੇ ਨਵਾਸੇ ਦਾ ਪਿਆਰ ਸੁਣਾਵਾਂ ਪਾਕ ਸਰਵਰੇ ਕਾਇਨਾਤ ਮਸਜਿਦ ਨਬੀ ਦੀ ਖੁਤਬਾ ਦੇ ਰਹੇ ਨਾ ਜ਼ਹਿਰੀ ਬਚਪਨ ਮੇਰੇ ਮੁਰਸ਼ਿਦ ਹੁਸੈਨ ਦਾ ਇਹਨੂੰ ਹੁਸੈਨ ਬਾਦਸ਼ਾਹ ਮਸਜਿਦ ਨਬੀ ਦਾਖਲ ਹੋਏ ਨਾ ਨਬੀਆਂ ਦੇ ਸੁਲਤਾਨ ਦੀ ਰੀਤ ਪਵਿਆ ਮੈਂਬਰ ਛੋੜ ਦੇਵੇ ਨਾ ਆ ਕੇ ਹੁਸੈਨ ਨੂੰ ਚਾਵੇ ਨਾ ਹਾਂ ਦੇ ਨਾਲ ਲਾਵੇ ਨਾ ਈਦ ਦੀ ਦੀਵਾਰ ਆਵੇ ਆ ਬੱਲੇ ਦੀਆਂ ਜ਼ੁਲਫਾਂ ਹੁਸੈਨ ਦੇ ਹੱਥ 'ਚ ਨਾ ਪਾਵੇ ਨਾ ਕਦੀ ਕਿਸੇ ਗਲੀ ਕਦੀ ਕਿਸੇ ਬਾਜ਼ਾਰ ਆ ਉਡ ਸਾਵਾਂ ਬਚਪਨ ਦੇ ਵਿੱਚ ਮੇਰੇ ਮੁਰਸ਼ਿਦ ਹੁਸੈਨ ਦੇ ਨਾਂ ਨੇ ਕਿਸੇ ਕਿਸੇ ਨਾਲ ਉਠਾਇਆ ਨਾ ਲੁਤਫ ਲੈਣਾ ਹੈ نماز سرور پڑھا رہے تھے حضور آگے صحابہ پیچھے کر فرض اپنا ادا رہے تھے ماحول ایسے میں مسکراتے ہوئے وہ شبیر آ رہے تھے حسین پشتے نبی پہ بیٹھے یہ کل جہاں کو دکھا رہے تھے پیے گا کوثر ملے گی جنت اسی کو معاشر میں چین ہوگا نماز اس کی قبول ہوگی کہ جس کے دل میں حسین ہوگا ਸ਼ਾਬਾਸ਼ ਸ਼ਾਬਾਸ਼ ਇਹਨਾਂ ਹੱਥਾਂ ਨੂੰ ਸਲਾਮ ਹੈ ਬਗਾਰ ਬਾਈ ਮਿਹਰਬਾਨੀ ਬਿਸਮਿਲਲਾ ਕਰਾ ਜ਼ਿੰਦਗੀਆਂ ਜ਼ਿੰਦਗੀ ਹੋ ਜੀ ਬਿਸਮਿਲਲਾ ਮੇਰੀ ਜ਼ਿੰਦਗੀ ਹੋਵੇ ਜੀ ਜਿੰਦਾ ਸਲਾਮਤ ਰਹੋ ਬਿਸਮਿਲਲਾ ਕਰਾ ਮੈਂ ਨਾਨੇ ਤੇ ਨਵਾਸੇ ਦਾ ਪਿਆਰ ਪੇ ਸੁਣੈਨਾ ਆਉਡ ਸਮਾਂ ਨਾਨੇ ਤੇ ਨਵਾਸੇ ਦਾ ਪਿਆਰ ਕਿਤਨਾ ਹੀ ਸੁਣਾ ਪਾਈ ਪਰਸਤੀ ਜਦੀਦ ਹੋ ਜਾਤੀ ਸਰ ਨਾ ਦੇਤੇ ਕਰ ਹੁਸੈਨ ਬਿਨ ਅਲੀ ਸਾਰੀ ਦੁਨੀਆ ਯਜ਼ੀਦ ਹੋ ਜਾਤੀ ਬੋਲੋ ਜਿਹੜਾ ਬੰਦਾ ਬੋਲ ਸਕਦਾ ਯਾਰ ਬਿਸਮਿਲਲਾ ਜ਼ਿੰਦਗੀ ਹੋਵੇ ਜੀ ਜੀ ਬਿਸਮਿਲਲਾ ਬਿਸਮਿਲਲਾ ਜੀ ਬਿਸਮਿਲਲਾ ਬਿਸਮਿਲਲਾ ਜੀ ਬਿਸਮਿਲਲਾ ਜੀ ਬਿਸਮਿਲਲਾ ਮੈਂ ਫਿਰ ਪੜ੍ਹ ਦੇਣਾ ਮੈਂ ਫਿਰ ਪੜ੍ਹ ਦੇਣਾ ਸਾਰਿਆਂ ਦਾ ਪ੍ਰੋਗਰਾਮ ਹੈ ਫਿਰ ਪੜ੍ਹੀ ਨਿਤ ਨਵਾਸੇ ਦਾ ਪਿਆਰ ਪਿਆ ਸੁਣੇ ਨਾ ਆਉਡ ਸਾਵਾਂ ਨਾ ਨਿਤ ਨਵਾਸੇ ਦਾ ਪਿਆਰ ਕਿਤਨਾ ਹੀ ਸੁਣਾ ਪਾਈ ਪਰਸਤੀ ਜਦੀਦ ਹੋ ਜਾਤੀ ਸਰ ਨਾ ਦੇਤੇ ਕਰ ਹੁਸੈਨ ਬਿਨ ਅਲੀ ਸਾਰੀ ਦੁਨੀਆ ਯਜ਼ੀਦ ਹੋ ਜਾਤੀ ਜ਼ਿੰਦਾਬਾਦ ਜ਼ਿੰਦਾਬਾਦ ਕਿਆ ਕਹਿੰਦੇ ਬਿਸਮਿਲਲਾ ਜੀ ਬਿਸਮਿਲਲਾ ਕਰਾ ਬਾਲਕ ਜ਼ਿੰਦਗੀ ਦੀ ਰਾਤ ਫਰਮਾਵੇ ਜੀ ਸਲਾਮਤ ਰਹੋ ਸਜੀਓ ਤੁਹਾਡੀਆਂ ਦਿੰਦੀਆਂ ਹੋਵੇ ਨਾਨੇ ਤੇ ਨਵਾਸੇ ਦਾ ਪਿਆਰ ਪਿਆ ਸੁਣੇ ਨਾ ਨਾਨੇ ਨੇ ਨਵਾਸੇ ਨਾਲ ਪਿਆਰ ਕਿਤਨਾ ਹੀ ਸੁਣਾ ਪਾਈ ਯਾਦ ਮੈਂ ਕਰਾਵਾਂ ਤੈਨੂੰ ਯਾਦ ਹੋ ਨਮਾਜ਼ ਨਹੀਂ ਸੱਚਾਵੀ ਤੈਨੂੰ ਯਾਦ ਹੋ ਨਮਾਜ਼ ਨਹੀਂ ਮੁਸਤਫਾ ਦੀ ਕੰਡ ਮੇਰੇ ਪੀਰ ਦਾ ਮੁਸੱਲਾ ਹੈ ਜਗਦੇ ਹੁਸੈਨ ਕੱਲਾ ਹੱਥ ਉਠਾਓ ਹੈ ਦਰੀ ਜ਼ਿੰਦਗੀ ਹੋਵੇ ਜੀ ਬਿਸਮਿਲਲਾ ਜ਼ਿੰਦਾ ਸਲਾਮਤ ਰਹੋ ਪਾਕ ਸਰਵਰੇ ਕਾਇਨਾਤ ਜਿੱਥੇ ਹੀ ਵੇਖੇ ਨਾ ਅੱਜ ਇਹਨਾਂ ਦੀਆਂ ਨਸਲਾਂ 'ਚ ਮੇਰੇ ਹੁਸੈਨ ਦੇ ਦੁਸ਼ਮਨ ਹੁਸੈਨ
ਉਥਾਂ ਹੀ ਹੁਸੈਨ ਨੂੰ ਚਾਵੇ ਨਾ, ਮੂੰਹ ਚੁਮੇ ਨਾ, ਹਾਂ ਦੇ ਨਾਲ ਲਾਵੇ ਨਾ, ਲੋਕਾਂ ਨੂੰ ਚਾਹੇ ਹੁਸੈਨ ਦਸਾਵੇ ਨਾ, ਪਾਕ ਸਰਬਰੇ ਕਹਿਨਾਤ ਫਰਮਾਵੇ ਨਾ। ਗੌਰ ਨਾਲ ਵੇਖ ਲਓ, ਜਿਹਨੂੰ ਬਾਰ ਬਾਰ ਪਿਆਰ ਖੜਾ ਕਰੇ ਨਾ, ਜਾਂਦਾ ਬਾਰ ਬਾਰ ਮੂੰਹ ਖੜਾ ਚੁੰਮਦਾ, ਪਾਕ ਸਰਬਰੇ ਕਹਿਨਾਤ ਲੋਕਾਂ ਦੇ ਪਸਰੇ ਕਿ ਫਰਮਾਵੇ ਨਾ, ਇਹ ਮੇਰੀ ਗੱਲ ਭੁੱਲਿਆ ਹੈ ਨਹੀਂ, ਮੇਰੀ ਗੱਲ ਪੱਲੇ ਬੰਨ ਲਵਿਆ, ਮੇਰੀ ਗੱਲ ਯਾਦ ਰੱਖਣਾ। ਅੱਖੀਆਂ ਦਾ ਨੂਰ ਮੇਰੇ ਦਿਲ ਦਾ ਵਿੱਚ ਮੈਂ ਵੀ ਹਾਂ ਹੁਸੈਨ ਵਿੱਚ, ਮੇਰੇ ਚੋ ਹੁਸੈਨ ਮੇਰੇ ਚੋ ਹੁਸੈਨ, ਜਿਹੜਾ ਵੀ ਨਾ ਮੰਨੇ ਉਹਦੇ ਸਿਰੇ ਵਿੱਚ ਖੱਲਾ ਹੈ, ਜਾਗਦੇ ਹੁਸੈਨ ਸਾਰੇ ਹੱਥ ਉਠਾਓ ਹੈ ਦਰੀ। ਰਾਜ਼ੀ ਰਵਣਾ ਪਾਕ ਸੈਯਦਾ ਤੁਹਾਡਾ ਟੁਰਾਇਆ ਕਬੂਲ ਫਰਮਾਵੇ। ਬੇਮੌਸਮੀ ਉਜੜੀਆਂ ਨਲੀ ਬਾਦਸ਼ਾਹ ਦੀਆਂ ਸ਼ਰੀਫ ਦੀਆਂ, ਅੱਲਾ ਦੇ ਦੀਨ ਦੀ ਖਾਤਰ ਇੰਜ ਕਿਸੇ ਨਬੀ ਦੇ ਪੁੱਤਰ ਨਹੀਂ ਰੁੱਲੇ ਜਿਵੇਂ ਅਲੀ ਸ਼ਹਿਨਸ਼ਾਹ ਦੀਆਂ ਧੀਆਂ ਰੁੱਲ ਗਈਆਂ। ਮਲੈਕਾ ਦੇ ਪਾਸੇ ਦੇਖ ਕੇ ਪਰਮੇਸ਼ਰ ਨੇ ਗੁਰੂ ਆਰਾਮ ਨਾਲ ਪੁੱਛਿਆ, ਇਹ ਮੇਰੀਆਂ ਭੈਣਾਂ ਦੇ ਮੁਰਗੀਆਂ ਨੂੰ ਰੋਂਦਾ, ਮੈਂ ਸਦਕੇ ਹੋ ਜਾਵਾਂ। ਇਹਦੇ ਗੁਰੂ ਆਰਾਮ ਨਾਲ ਪੁੱਛਿਆ, ਇਹ ਮੇਰੀ ਧੀ ਦੇ ਦੁਰਾਂ ਨੂੰ ਰੋਂਦਾ ਰਹੀ ਹੈ। ਰੋਵਣਾ ਅਜ਼ੀਮ ਸਵਾਬ ਹੈ, ਇਹ ਕੋਈ ਜ਼ਾਕਿਰ ਤੇ ਅਹਿਸਾਨ ਨਹੀਂ, ਇਹ ਤਾਂ ਜਿਹਦੇ ਉੱਤੇ ਸਹਿਣ ਦੀ ਅਤਾ ਹੋ ਜਾਵੇ। ਇਹ ਦਿਲ ਕਬਰੇ ਹੁਸੈਨ ਹੈ ਨਾ, ਜਿਤਨੀ ਠੇਸ ਲੱਗਦੀ ਹੈ ਫਿਰ ਅੱਖ ਦੀ ਫੁਰਾਤ ਜਾਰੀ ਹੋ ਜਾਂਦੀ ਹੈ। ਸਾਦਿਕ ਇਮਾਮ ਫਰਮਾਉਂਦੇ ਨੇ, ਤੂੰ ਇਤਨਾ ਰੋ ਪਵੇਂ ਮੱਛਰ ਦਾ ਪਰ ਤੇਰੀ ਹੰਝ ਦੇ ਨਾਲ ਤਰ ਹੋ ਜਾਵੇ। ਮਾਸੂਮ ਪੇ ਫਰਮਾਉਂਦੇ ਨੇ, ਤੇਰੇ ਤੇ ਦੋਜ਼ਖ ਦੀ ਭਾ ਹਰਾਮ ਹੈ। ਆਪ ਸੋਚ ਜੋ ਮਜ਼ਲੂਮ ਨੂੰ ਰੋਣਾ ਕਿਤਨੀ ਅਜ਼ੀਮ ਇਬਾਦਤ ਹੈ। ਸਾਦਿਕ ਇਮਾਮ ਤੋਂ ਕਿਸੇ ਬੰਦੇ ਪੁੱਛਿਆ, ਮੌਲਾ ਤੁਹਾਡੀ ਜੱਦ ਦੇ ਗਮ ਵਿੱਚ ਰੋਣਾ ਕਿਵੇਂ ਚਾਹੀਦਾ ਹੈ? ਮਾਸੂਮ ਫਰਮਾਇਆ, ਗਰੀਬਾਂ ਦਾ ਕਿੱਸਾ ਹੈ ਜਿਵੇਂ ਦਿਲ ਲਾਖੇ, ਗਰੀਬਾਂ ਦਾ ਦੁੱਖ ਹੈ ਜਿਵੇਂ ਦਿਲ ਲਾਖੇ। ਸਹਿਲਤ ਬਣ ਗਿਆ ਕਿ ਮੌਲਾ ਵੇਣ ਕਰਕੇ ਰੋਵਾਂ। ਮਾਸੂਮ ਫਰਮਾਇਆ, ਵੇਣ ਕਰਕੇ ਰੋਸੇ ਮੇਰੀ ਡਾਡੀ ਆਲੀਆ ਦੀ ਹਸਰਤ। ਸਿਰ ਫਿਰ ਸਵਾਲ ਕੀਤਾ, ਮੌਲਾ ਵੇਣ ਵੀ ਕਰਾਂ ਤੇ ਨਾਲ ਮਾਤਮ ਵੀ ਕਰਾਂ? ਫਰਮਾਇਆ, ਖੁਸ਼ ਨਸੀਬ ਹੈ ਫਿਰ ਹਸਰਤ ਦੀ ਮਾਂ ਦੀ ਹਸਰਤ। ਸਹਿਲ ਹੈਰਾਨ ਹੋ ਗਿਆ, ਕਿਆ ਮੌਲਾ ਤੇ ਜਿਹੜਾ ਬੰਦਾ ਨਹੀਂ ਰੋ ਸਕਦਾ, ਜ਼ਰੂਰੀ ਤਾਂ ਨਹੀਂ ਤੁਹਾਡੇ ਦੁੱਖ ਪੜੇ ਜਾਵੇ ਤੇ ਹਰ ਅਦਾਦਾਰ ਰੋਂਦੇ। ਮਾਸੂਮ ਫਰਮਾਇਆ, ਜਿੱਦਾਂ ਮਜਲਿਸ ਝੂਠਦਾ ਹੈ ਉਹਦੇ ਹੱਕ ਹੀ ਦੁਆ ਕਰੇਂਦੇ ਹੈ, ਇਸ ਵਾਸਤੇ ਦੁਆ ਕਰੇਂਦੇ ਹੈ, ਬੰਦਾ ਜਿਤਨੀ ਦੇਰ ਮਜਲਿਸ ਵਿੱਚ ਬੈਠਾ ਰਿਹਾ ਸੁਚੇ ਤਾਂ ਤਰੇ ਉਹ ਸੀ ਏਡੇ ਵੱਡੇ ਘਰ ਨੂੰ ਰੁਟਿਆ ਕਿਉਂ ਆਇਆ ਹੈ? ਭਲਾ ਹੋਵੇ ਤੁਹਾਡੀ ਨਸਲ ਆਬਾਦ ਹੋਵੇ, ਵਹਿਣ ਕਰਕੇ ਰੋਵੜਾ ਲੈ। ਇਹਨਾਂ ਦਾ ਜੁਰਮ ਕਿਹੜਾ ਹਾਈ, ਇਹਨਾਂ ਦਾ ਕਸੂਰ ਕਿਹੜਾ ਹਾਈ? ਲਜੋਰੀ ਫੈਲਾ, ਮੈਂ ਦੋ ਵਹਿਣ ਕਰ ਜਾਵਾਂ ਮਾਤਮੀ ਹੁਸੈਨ ਦਾ, ਮੰਗ ਕਰ ਰੋ ਕੇ ਦੁਆ, ਹੁਣ ਦਸ਼ਾ ਲਾ ਜਗ ਤੇ ਆਵੇ ਬਾਰਵਾ, ਮਾਤਮੀ ਹੁਸੈਨ ਦਾ ਬਦਨਾ ਤੂੰ ਰੋਂਦ ਤੁਰੇ ਕਿਉਂ, ਦੱਸ ਭੈਣ ਤੇ ਬਿਰਾ। ਆਦਾ ਪਿਆ ਦਿੱਤੀ ਭੀੜ ਕਸੀਰ ਤਮਾਸ਼ਿਆਂ ਦੀ, ਘਬਰਾ ਗਈ ਲਾਏ ਬਜ਼ਾਰਾ, ਕਦਮ ਬਾਜ਼ਾਰ ਚ ਰੱਖਿਆ ਆਲੀਆ ਨਾ ਵੀਰ ਅਬਾ, ਰੋਣ ਨਹੀਂ ਆਉਂਦਾ ਹੈ ਤੇਰੇ ਵਾਸਤੇ ਜੇ ਯਾਰ ਲੱਗਦਾ ਕਿ ਬਾਬਾ ਪਹਿਲਾ ਕਦਮ ਬਾਜ਼ਾਰ ਚ ਰੱਖਿਆ ਆਲੀਆ ਨਾ ਵੀਰ ਅਬਾ, ਆਦਾ ਪਿਆ ਤੁਰੀ ਵਕਾ ਤੀ ਮਰੀਮ ਬਿਨ ਚਾਦਰ ਦੇ ਮੂੰਹ ਵਾਲਾ ਨਾਲ ਲੁਕਾਏ, ਵਾਈ ਉਹ ਸਫਰ ਬਾਜ਼ਾਰ ਦਾ ਮਰ ਮਰ ਕੇ ਤੈ ਕੀਤਾ ਆਉਣ ਦੀ, ਬੀਬੀਆ ਦੀ ਆਈ ਰਾ ਦਿਓ ਮੇਰੇ ਨਾਲ ਭਰ ਜਾਈਆਂ ਕੈ। ਅਲੀ ਦੀਆਂ ਤੁਹਾਡੀ ਪੁਕਾਣ ਕਬੂਲ ਫਰਮਾਵੇ, ਤੁਹਾਡਾ ਪੁਰਸਾ ਕਬੂਲ ਹੋਵੇ।
चल दुनिया दे के गम में चाहे न करें। मैं देख रहा हर अदादार दे मुंह चू हाय दी सदा बुलंद हो गई। चार या पांच मिनट तू देख मेरे आले पासे मुकान जाने दे सैन जाने जी सके फिरावन दी लाश तू इन लंग गई आई जिवें लग दे कुछ रह मुख गई बाजार जेडे बंदे दी हाय नहीं निकली मैनू सर चा के जवाब दो सौखियां गुजरियां नली दियां थियां। बोलो मेरे नाल बाजार दी कोई कोई जा इयो जी आवेंदी आई जिथे मेरी सैन नू इन टुरना पिया जिवें हुसैन बादशाह अकबर दी लाज ते ओ मैं सदके हो जावा मैं उमदी जाकिरा मैं इतना पढ़ सकदा जेडा औखा हाई अली दी थी गई गुजर गई उथे आ खड़ी है जिथे आमण दे लेक नहीं। नौ घंटे कैनात दा वड्डा कमीना तख्त बह के शराब पींद रहा इस हालत च खड़िया रही जहरा दिया नौवा दे दियां मेरे करोड़ा सलाम जनाबे फिजा तुहाडी अजमत नू इन्ना नौ घंटे च हर बीबी थके कई ले सजा पेर चाहे कई ले खंबा पेर भी चाहे जिहड़ा बंदा हुण तक हाय नहीं कर सकिया मिंबर दी कसम इन्ना नौ घंटे जनाबे फिजा थके ना सजा पेर चाहिया ओ मैं सदके हो जावां ना खब्बा पेर चाहे। मैं मिंबर ते खड़ा होया तकरीबन मैनू 20-25 मिनट हो गए ने पढ़दिया मैं अपने पैर बदल बदल के रखदा खलोता मैं थक वैना सज्जा पैर थकद मैं चाह लैना खब्बा पैर थकद मैं चाह लैंदा मैं पैर बदल बदल के मैं मिंबर दे उत्ते खलोता लेकिन मिंबर दी कसम नौ घंटे इन्हें दुआ कदम ते खड़ी पैर क्यों ने सजाया बीबी आदि आई हो सकता है मैं पैर चचावा कह हरामी दी निजस निगाह आलिया दे कदम ते सजावा बला होवे अमीर आई बंदा जड़ा हाय नहीं कर सकिया दर्जात बुलंद होवे बाबा जी अलामा नासिर अब्बास मुल्तान आले दे ए लफ्ज मैं उन्हां दी जुबानी सुने मैं जिथे ही पढ़े जिथे बंदा हाय भी नहीं कर सकता कोशिश की उदी ढा जरूर निकली है उन्हें पढ़िया अली दी धी दे दो परदे आए जिहड़ा बंदा आया रोवण वास्ते बैठा है जाकरी दे विच रोवण दे लफ्ज ही हुंदे ने उन्हें फरमाया अली दी धी दे दो परदे आए हे कमीरी दा एक गरीबी दा उन्हें फरमाया अमीरी दे परदे दा ना है अब्बास बलो वे हाय करने वाले अमीरी दे परदे दा ना है अब्बास ते गुरबत दे परदे दा ना है फिजा जदा अमीरी दा परदा करबला झण पिया ते गुरबत दा परदा लेके उठे आ खड़ी जिथे आवण दे लेक नहीं। मैं होर जुमले छोड़ देवा कातिल इनाम तू रुसदे रहे ते बहना चुप करके देतिया रहिया ओ मैं सदके हो जावा आखिर ते जदा शिमर नू इनाम मिले है ना मेरे बाद मसैब दे बहुत बड़ा नाम है मालिक उन्हां दी जिंदगी दराज फरमावे सरदार इजाज खान जी बिलखसूस इस लफ्ज़ ते उन्हां तो दुआ लैण वास्ते डेक याद है करबला दी जितनी जंग हुई है तेरे हत्थों हुई है उमर इब्ने साद नू छड्डिया सी आदे मैनू ए दसा कोई फरिश्ती बनाई है आदे मैं दो फरिश्तां बनाईयां ने एक कातलां ते मकतूलां दी एक असीरा ने शाम दी आदे सब तू पहले कातलां ते मकतूलां दी लिस्ट मेरे सामने लाया जेड़े कातल दा मैं नाम चाहवां ना ओ मकतूल दा सर चाह के मेरे सामने आवे ते मैं तू इनाम लेके तुरे ए जुमला मैं अपने जवान भरावां वास्ते पढ़ना चाहना जवान सौखे रोंदे नहीं जे रो पवें तां फिर 40-40 साल रात रोंदे ने जवानों रोवण ना वे जुमले ते हाय जरूर कर छोड़े हो सकता है परदे चाई बैठी होवे अकबर दे पालण वाली मां इस फरिश्त सामने रखी है पहला नाम पढ़े इस कातिल हसीन मिन नमीर मकतूल अली अकबर जिथे ही खड़ा है अकबर दा सर लिया मैं तक इनाम देवा इन सदा दे नाल सर चा के उथों आ गुजरे जिथों अकबर दे पालण वाली मां खड़ी आई सदके 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 भला होवे हाय करण वाले शर्मा के नहीं जेड़ा बंदा जरिए नजात समझेंदा मैं सदके हो जावा ए सर चा के टुरे मेरी आलिया सहन दियां तलियां जमीन ते आ लगी अंदे रो गया दी अम्मा फिजा मंग दुआ इंशाल्लाह मैं मर जावा उदे सामने तो देख मेरे अकबर दा कातिल मेरे अकबर दा सर किवें चाई वेंदे ते मैं 18 साल केड़ा औखा पलेंदी रही हां बस मुक गई तवहीद आखिर ते जदा शिमर नु इनाम मिलया मेरा दिल हाई जो मैं लफ्ज छोड़ा नहीं मैं पढ़ छोड़ा चलो मैं पढ़ गया आखिरी लैन तो इतना ही मैं बस मैं तालिबे दुआ मेरे हो गई हिस्से की इबादत जरूरी नहीं कोई मारन मकसद नहीं होंगे रुवावन मकसद होंगे अलहमदुल्ला हर अदादार की इबादत सोहनी हो गई जदा शिमर नू इनाम मिले आखिर तो जदा शिमर आए ना त्रै बारी इनाम जमीन ते सटे त्रै बहना चुप करके डिठे जदी शिमर दे पास डेक गया दे बार बार इनाम जमीन ते सटे तेन पता नहीं दूर दूर तू मेरे वजीर आए बैठे मेरे मुशीर आए बैठे कैनात दा वड्डा कमीना पिया दे ते मेरी तौहीन कीती है
मैनू दस कर बलाज केड़ा वड्डा काम कीते याद है मैं 13 ज़रबा नाल उसनू मारिया जिनू कोई ना मरिंदा बलावे हाय करन आले याद है मैं 13 ज़रबा नाल उसनू मारिया जिनू कोई ना मरिंदा यजीद देख के याद है मैं तईवे सुने हुसैन उस वेले दा मर गया जद अकबर दी लाश ते आया हाय आदे गल ठीक है लेकिन तन कह नहीं दसाया तेरे 8 कातिल बन गए हैं आदे बद भरे दरबार दे विच कोई मौके दे गवाह पेश कर आदे 2 ऐसे गवाह पेश करा पूरे दरबार जिनन कोई रद्द नहीं कर सकता देख के दे केड़े गवाह हाथ इशारा कर गया दे एक भैने ओ मैं सदकी हो जावा एक धीए आदे ओ किवें जालिमा दे जद मैं हुसैन बादशाह दियां ज़ुल्फां च हाथ पाया है ना आदे 70 कदम दे फासले ते भैन कुरान दिखेंदी आई सदके 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 दी खंजर च हाथ पैंदी आई हाथ पा के आदी आई जालिम ना मार मैं उल्ली दा दसा बाबा एडे क्या दे क्या भैन ते दी जे जींदियां वदियां आदे हा कहदी करके मैं तेरे दरबार च ले आया आदे किथे खड़ियां रब सुने किथे खड़ियां हाथ इशारा करके आदे जेड़ी धीए ना ओ भेरा दे नाल रस्सियां पाई खड़ी है जड़ी भैने ओ जड़ी ज़ईफा खड़ी है उंदी कढ़ दौला बना के खड़ी है ए ज़ालिमा दे मेरे दरबार च कोई पर्दियां दी लोड़ तक आई नहीं ए ज़ालिमा दे वही ज़ईफा हटा आलिया मेरे सामने लाया ए ज़ालिमा दे मैं देखना है जड़ी मां दे ओले घिन के प्यो तू मसले पूछदी आई ओ ज़ैनब केड़ी है मैनू मिंबर दी कसम शिया सुनिया इनू शिमर बेगैरत डुरा इनू जनाबे फिज़ा आसमान दो मुंह कीता है आसमान अल मुंह कर क्या दिए मैं डाला फिजा नू मौज दे बलावे आए कर छोड़ी जड़ा रोना है बैठे मैं डे अल्लाह या जितनी ताकत दे मैं लहरा दी धी दा पर्दा बनवाना मैं डे अल्लाह मैं ता जिंदगी वीडी वास्ते मंगी आई मेरी कल पिछे ओ खड़ी है जड़ी बाबे नाल कदा नाई सदके 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 भलावे बिस्मिल्लाह करा इनु शिमर बेगैरत तुराए जला करीब आए क्या दे ज़ईफा मर जा से हटवान बीबिया दिए मर वैसा ज़हरा दी धी दा पर्दा ना छोड़े सा कोट राजिया लिया मिंबर दी कसम इस जनाबे फिजा दे हथा दे तालिया ने मारने शुरू की दे ਉਹ ਨਾ ਹੱਥਾਂ ਤੇ ਦਾਦੀਆਂ ਨੇ ਲੱਗਦੇ ਰਹੇ ਜਿਲਾ ਹੱਥਾਂ ਨਾਲ ਬਤੂਲ ਦੇ ਘਰ ਦੀਆਂ ਚੱਕੀਆਂ ਪੀ ਉਹ ਨਾ ਹੱਥਾਂ ਤੇ ਦਾਦੀਆਂ ਨੇ ਲੱਗਦੇ ਰਹੇ ਜਿਲਾ ਹੱਥਾਂ ਨਾਲ ਹਸਨੈਨ ਦੇ ਪੀਘੇ ਦੀਆਂ ਡੋਰੀਆਂ ਆਏ ਮੈਂ ਸਦਕੇ ਹੋ ਜਾਵਾਂ ਬਿਸਮਿਲਲਾ ਕਰਾ ਜਿੱਡਾ ਸੋਲਵਾ ਦਾਦੀਆਂ ਨਾ ਜਨਾਬੇ ਫਿਜ਼ਾ ਦੇ ਹੱਥਾਂ ਤੇ ਲੱਗਾ ਹੈ ਤੇ ਕਤਰੇ ਖੂਨ ਦੇ ਆਲੀ ਹਸੈਨ ਦੇ ਚਿਹਰੇ ਤੇ ਡਿੱਠੇ ਨ ਉਸ ਵੇਲੇ ਕੰਨ ਪਿੱਛੇ ਆਵਾਜ਼ ਆਈ ਹੈ ਅੰਮਾ ਮੈਂ ਰਾਜ਼ੀਆਂ ਹਟ ਜਾ ਤਾਇਆ ਦੀਏ ਛੱਡੇ ਦੀ ਮਾਏ ਤੇ ਵਾਦਾ ਦੀਆਂ ਹਟ ਜਾ ਤਾਇਆ ਦੀਏ ਉੱਚਾ ਨਾ ਬੋਲ ਲੱਗੇ ਸ਼ਰਾਬੀ ਸ਼ਰਾਬ ਬੈਠੇ ਸਦਕੇ ਅਜਰੋ ਕਮਲ ਸੈਯਦਾ पूरे दरबार च हर कोई खामोश रिया है सजे पासों सफीरे रूम उठिया है ए जालिम दुड़े क्या दे खबरदार ज़ईफा तू ज़ुल्म हटा ए जालिम ने इशारा कीता है बेगैरत वापस हटिया है उस वेले सफीरे रूम आ दे ओ जालिमा मैनू ए दसा ए कौन मराई ए जालिमा दे बागिया आ दे कित्थों दा ए जालिमा दे मदीने दा ਉਸ ਵੇਲੇ ਸਫੀਰੇ ਰੂਮ ਆਦਾ ਮੈਨੂੰ ਇਹ ਦੱਸਾ ਇਹਦਾ ਨਾਮ ਕਿਆ ਏ ਜ਼ਾਲਿਮ ਨੇ ਕਿਆ ਦਾ ਨਾਮ ਦਾ ਹੁਸੈਨ ਆ ਲਫ਼ਜ਼ ਚੈਨ ਆ ਦੁਆ ਦੇ ਬੁਲੰਦ ਕਰ ਗਿਆ ਦਾ ਮਡਾ ਅੱਲਾ ਸ਼ਾਲਾ ਏ ਉਹ ਹੁਸੈਨ ਨਾ ਹੋਵੇ ਸਦਕੇ ਸ਼ਰਮਾ ਕੇ ਨਹੀਂ ਜਿਹੜਾ ਬੰਦਾ ਜ਼ਰੀਏ ਨੇ ਜਾ ਸਮਝਦਾ ਹੈ ਜੀ ਲੱਖ ਦਫਾ ਖਾ ਆਦਾ ਮੈਂ ਡਾਲਾ ਓ ਸ਼ਾਲਾ ਏ ਓ ਹੁਸੈਨ ਨਾ ਹੋਵੇ ਆਖਰੀ ਵੈਣ ਆਦਾ ਮੈਂ ਡਾਲਾ ਓ ਸ਼ਾਲਾ ਏ ਓ ਹੁਸੈਨ ਨਾ ਹੋਵੇ ਆਦਾ ਆਖਰੀ ਗੱਲ ਦਾ ਜਵਾਬ ਦੇ ਇਹਨੂੰ ਕਿਹੜੇ ਜੁਰਮ ਚ ਮਰਾਈ ਉਸ ਵੇਲੇ ਜ਼ਾਲਿਮ ਆਦਾ ਹੁਸੈਨ ਨਮਾਜ਼ ਨਹੀਂ ਪੜਦਾ ਜਦਾ ਕੇਸ ਨਮਾਜ਼ ਨਹੀਂ ਪੜਦਾ ਕੰਨ ਪਿੱਛੇ ਆਵਾਜ਼ ਆਈਏ ਅੰਮਾ ਹੁਣ ਹਟ ਜਾ ਅੰਮਾ ਮੇਰੀ ਮਾਂ ਦਮ ਬਹਲਾ ਪਿਆ ਲੁਕਦਾ ਏ ਮੇਰੇ ਫਿਰਾ ਦੀਆਂ ਤੇਰਾ ਦਰਬਾ ਚਾਰ ਕਦਮ
ਬਲੀ ਦਿੱਤੀ ਉਸ ਵੇਗਰਾ ਦੇ ਪਾਸੇ ਤੁਰੀਏ ਅੰਕਲ ਮਾਰ ਕੇ ਆਦੀਏ ਖਬਰਦਾਰ ਮੇਰਾ ਬਾਗੀ ਨਾ ਮੇਰਾ ਨਮਾਜ਼ੀਆ ਜਦਾ ਅਲੀ ਦਿੱਤੀ ਪਿਓ ਦੇ ਲਹਿਜੇ ਚ ਬੋਲੀਏ ਉਸ ਵੇਲੇ ਸਫੀਰ ਨੇ ਮੂੰਹ ਤੇ ਮਾਤਮ ਕੀਤਾ ਏ ਨਾਲ ਆਲਾ ਸਫੀਰਾ ਦੇ ਯਾਰ ਰੋਂਦਾ ਏ ਮੈਨੂੰ ਵਜ੍ਹਾ ਨਹੀਂ ਦੱਸਦਾ ਅੰਕਲ ਮਾਰ ਗਿਆ ਦੇ ਯਾਰ ਬੀਬੀ ਇੰਜ ਪਈ ਤੁਰਦੀ ਏ ਜਿਵੇਂ ਮੁਬਾਲੇ ਚ ਜ਼ਹਰਾ साबित कर मैं मेरी सैन की आवाज आई मैं तेरी जन्नत दी जामिना जन्नत का नाम आए सफीर मूह ते मातम कीता है मूह ते मातम कर गया तू जो जन्नत दे दी है